ਨਿਊਜ਼ ਪੰਜਾਬ ਦੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਅੱਜ ਧਰਮਕੋਟ ਵਿਖੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਆਪ ਆਪਣੇ ਨਾਲ ਮੁਹਿੰਮ ਤਹਿਤ ਲੋਕਾਂ ਦੇ ਸਨਮੁਖ ਹੋਏ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਸਰਦਾਰ ਹਰਪਾਲ ਸਿੰਘ ਚੀਮਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਪੰਜਾਬ ਦੀ ਦੁਰਦਸ਼ਾ ਮਾੜੀ ਹੋ ਚੁੱਕੀ ਹੈ। ਪੰਜਾਬ ਇੱਕ ਅਜਿਹਾ ਸੂਬਾ ਸੀ ਜਿਸ ਨੂੰ ਸੋਨੇ ਦੀ ਚਿੜੀ ਨਾਲ ਪੁਕਾਰਿਆ ਜਾਂਦਾ ਸੀ, ਪਰ ਅੱਜ ਸੋਨੇ ਦੀ ਚਿੜੀ ਖਵਾਉਣ ਵਾਲਾ ਪੰਜਾਬ ਆਰਥਿਕ ਪੱਖ ਤੋਂ ਡਾਵਾਂਡੋਲ ਹੋ ਚੁੱਕਿਆ ਹੈ। ਇਸ ਮੌਕੇ ਚੀਮਾ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਕੇ ਜੋ ਪਵਿੱਤਰ ਸਥਾਨ ਤੇ ਖੜੇ ਹੋ ਕੇ ਹੱਥ 'ਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ ਵਿੱਚੋਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੂੰਗਾ। ਇਹ ਨਸ਼ਾ ਖਤਮ ਹੋਣ ਦੀ ਬਜਾਏ ਅੱਜ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਸ਼ਰੇਆਮ ਗਲੀਆਂ ਵਿੱਚ ਵਿਖ ਰਿਹਾ ਹੈ। ਇੱਥੇ ਹੀ ਬੱਸ ਨੇ ਪੰਜਾਬ ਦਾ ਨੌਜਵਾਨ ਰੋਜ਼ਗਾਰ ਤੋਂ ਬਿਨਾਂ ਪਹਿਲ ਵਿਹਲਾ ਫਿਰ ਰਿਹਾ ਹੈ। ਪੰਜਾਬ ਦੇ ਨੌਜਵਾਨ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਸ ਮੌਕੇ ਚੀਮਾ ਸਾਹਿਬ ਨੇ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਤੁਰੰਤ ਪੂਰਾ ਕਰਨ। ਦੇ ਵਿੱਚ ਹਰਪਾਲ ਚੀਮਾ ਜੀ ਤਕਰੀਬਨ 3000 ਵੋਟ ਤੇ ਜਿੱਤੇ ਸੀ ਤੇ ਹੁਣ ਇਹਨਾਂ ਦੇ ਹਲਕੇ 'ਚ 30,000 ਇਹਦਾ ਮਤਲਬ ਕੀ ਹੈ ਵੀ 2017 ਤੋਂ ਲੈ ਕੇ 2019 ਤੱਕ ਇਹਨਾਂ ਨੇ ਆਪਦਾ ਪੋਲੀਟੀਕਲੀ ਸਾਰਾ ਅਸਟੈਬਲਿਸ਼ ਕਰ ਲਿਆ। ਕਿਹਾ ਗਿਆ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ, ਹੁਣ ਉਸੇ ਤਰ੍ਹਾਂ ਕੀ ਹੋ ਰਿਹਾ ਵੀ ਮੈਂ ਮੋਬਾਈਲ ਫੋਨ ਦੇ ਥੋੜ੍ਹੀ ਜਿਹੀ ਰਾਸ਼ੀ ਰੱਖ ਕੇ ਕਿਹਾ ਗਿਆ ਮੋਬਾਈਲ ਫੋਨ ਜਿਹੜਾ ਦੇਣ ਦਾ ਵਾਅਦਾ ਸੀ ਪੂਰਾ ਕਰਤਾ। ਕੈਪਟਨ ਸਾਹਿਬ ਕੋਈ ਵਾਅਦਾ ਪੂਰਾ ਨਹੀਂ ਕਰ ਰਹੇ। ਪੰਜਾਬ ਦੀ ਜਿਹੜੀ ਆਰਥਿਕਤਾ ਗੀ, ਪੰਜਾਬ ਦੀ ਖਾਸ ਤੌਰ 'ਤੇ ਜਿਹੜੀ ਇਕਨੋਮਿਕ ਪੋਜੀਸ਼ਨ ਆ ਉਹ ਬਹੁਤ ਮਾੜੀ ਹੋ ਚੁੱਕੀ ਆ। ਉਹ ਤਾਂ ਇਹਦੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੀ ਹੈਗੀ, ਕਿਉਂਕਿ ਕੈਪਟਨ ਸਾਹਿਬ ਨੂੰ ਪਤਾ ਸੀ 2017 ਦੇ ਵਿੱਚ ਕਿ ਪੰਜਾਬ ਦਾ ਵਿੱਤੀ ਹਾਲਾਤ ਕੀ ਨੇਗੇ, ਕਿਉਂਕਿ ਜਦੋਂ ਕੈਪਟਨ ਸਾਹਿਬ 2002 ਤੋਂ ਲੈ ਕੇ 2007 ਤੱਕ CM ਪੰਜਾਬ ਦੇ ਰਹੇ ਨੇ, ਇਹਨਾਂ ਦੇ ਉਸ ਸਮੇਂ ਦੇ ਰਾਜ ਦੇ ਵਿੱਚ ਲਗਭਗ 47,000 ਕਰੋੜ ਰੁਪਈਆ ਪੰਜਾਬ ਸਰਕਾਰ 'ਤੇ ਚੜਿਆ ਸੀਗਾ। 5 ਸਾਲਾਂ ਦੇ ਪਿਛਲੇ ਰਾਜ 'ਚ ਲਗਭਗ 47,000 ਕਰੋੜ ਰੁਪਏ ਚੜਿਆ, ਹੁਣ ਵੀ ਲਗਾਤਾਰ ਪੰਜਾਬ 'ਤੇ ਕਰਜ਼ਾ ਚੜ ਰਿਹਾ। ਇਹਦਾ ਦੋਸ਼ੀ ਕੌਣ ਆ ਕੈਪਟਨ ਸਾਹਿਬ ਨੇ, ਕਿਉਂਕਿ 1992 ਤੱਕ ਪੰਜਾਬ ਦੇ ਉੱਤੇ ਲਗਭਗ 8,000 ਕਰੋੜ ਦਾ ਕਰਜ਼ਾ ਸੀਗਾ ਔਰ 92 ਤੋਂ ਬਾਅਦ ਲਗਭਗ 2.5 ਲੱਖ ਕਰੋੜ ਦਾ ਹੁਣ ਤੱਕ ਕਰਜ਼ਾ ਹੋ ਰਿਹਾ, ਕਰਜ਼ਾ ਲਗਾਤਾਰ ਜਾਰੀ ਆ। ਔਰ ਮੇਰਾ ਕਹਿਣ ਦਾ ਭਾਵ ਆ ਪੰਜਾਬ ਵਿੱਚ ਕੁਛ ਨਹੀਂ ਬਦਲਿਆ ਔਰ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੋਈ ਆ। ਇਹਦੇ ਲਈ ਸਾਰੇ ਪੰਜਾਬੀਆਂ ਨੂੰ ਸੋਚਣਾ ਪਊਗਾ, ਔਰ ਖਾਸ ਤੌਰ 'ਤੇ ਕਿਉਂਕਿ ਕੈਪਟਨ ਸਾਹਿਬ ਦਾ ਕੰਮ ਕੀ ਆ, ਖਾਸ ਤੌਰ 'ਤੇ ਕਾਂਗਰਸ ਪਾਰਟੀ ਦਾ ਕੰਮ ਕੀ, ਸਿਰਫ ਤੇ ਸਿਰਫ ਲੁੱਟ ਸੁੱਟ ਕਰਨ ਨਾਲ ਔਰ ਖਜ਼ਾਨੇ ਦੀ ਲੁੱਟ ਲਗਾਤਾਰ ਜਾਰੀ ਹੋ। ਉਹ ਪਹਿਲਾਂ ਇਹੀ ਗੱਲ ਮੀਡੀਆ ਤੋਂ ਸਾਹਮਣੇ ਆਈ ਸੀ, ਇਹੀ ਗੱਲ ਸਰਕਾਰ ਤੋਂ ਸਾਹਮਣੇ ਆਈ ਸੀ, ਇਹੀ ਗੱਲ BJP ਨੇ ਕਹੀ ਸੀ ਕਿ ਅਸੀਂ ਜਿਹੜੀ ਸਜ਼ਾ ਮਾਫ਼ ਕਰ ਰਹੇ ਹਾਂ। ਹੁਣ ਉਹ ਯੂ ਟਰਨ ਲਿਆ ਗਿਆ, ਤਾਂ ਉਹ ਦੱਸ ਸਕਦੇ ਨੇ ਕਿਉਂ ਯੂ ਟਰਨ ਲਿਆ ਗਿਆ? ਦੇਖੋ ਇਹ ਬੜਾ ਜਿਹੜਾ ਕੁਐਸਚਨ ਹੈਗਾ, ਇਹ ਲੀਗਲ ਕੁਐਸਚਨ ਹੈਗਾ ਵੀ ਉਹਨਾਂ ਨੇ ਗਵਰਨਰ ਸਾਹਿਬ ਨੇ ਕੀ ਕੀਤਾ ਹੈਗਾ, ਕੀ ਪੰਜਾਬ ਸਰਕਾਰ ਨੇ ਲਿਖ ਕੇ ਭੇਜਿਆ ਹੈਗਾ। ਸੋ ਜਿਹੜਾ ਕੁਐਸਚਨ ਹੈਗਾ ਇਹ ਸਰਕਾਰ ਕਲੀਅਰ ਕਰ ਸਕਦੇ ਵੀ ਕਿਉਂ ਉਹਨਾਂ ਨੇ ਸਜ਼ਾ ਮਾਫ਼ ਕੀਤੀ ਸੀ, ਹੁਣ ਕਿਉਂ ਯੂ ਟਰਨ ਲਿਆ ਗਿਆ? ਦੇਖੋ ਬਹੁਤ ਮਾੜੀ ਗੱਲ ਆ ਕਿ ਇੱਕ ਬੱਚਾ ਜਿਹੜਾ ਹੈਗਾ ਸੀ, ਛੋਟਾ ਜਿਹਾ ਬੱਚਾ, ਉਹ ਸੁਸਾਈਡ ਕਰ ਗਿਆ, ਆਪਦੇ ਟੀਚਰ ਤੋਂ ਤੰਗ ਆਇਆ ਹੋਇਆ। ਮੈਂ ਸਮਝਦਾ ਕਿ ਸਕੂਲਾਂ ਦੇ ਵਿੱਚ ਜਿਹੜਾ ਮਾਹੌਲ ਆ, ਪੰਜਾਬ ਸਰਕਾਰ ਨੂੰ ਸਕੂਲਾਂ ਦਾ ਮਾਹੌਲ ਸੁਧਾਰਨਾ ਚਾਹੀਦਾ। ਸਕੂਲਾਂ ਦੇ ਵਿੱਚ ਬੱਚਿਆਂ ਦਾ ਅਤੇ ਟੀਚਰ ਦਾ ਜਿਹੜਾ ਹੈਗਾ ਰਿਸ਼ਤਾ ਬੜਾ ਪਵਿੱਤਰ ਹੈਗਾ, ਉਹਨੂੰ ਪਵਿੱਤਰ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ। ਕਿਉਂਕਿ ਬੜੀ ਬੜੀ ਪੰਜਾਬ ਵਿੱਚ ਕਈ ਜਗ੍ਹਾ 'ਤੇ ਹੋ ਚੁੱਕਿਆ ਕਿ ਟੀਚਰ ਜਿਹੜੇ ਹੈਗੇ ਨੇਗੇ ਕਿਤੇ ਨਾ ਕਿਤੇ, ਮੈਂ ਸਮਝਦਾ, ਟੈਨਸ਼ਨ ਦੇ ਵਿੱਚ, ਕਿਤੇ ਨਾ ਕਿਤੇ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਉਹਨਾਂ ਤਨਖਾਹਾਂ ਬਹੁਤ ਘੱਟ ਨੇਗੀਆਂ। ਟੀਚਰਾਂ ਦੀ ਤਨਖਾਹ ਚਾਹੇ ਪ੍ਰਾਈਵੇਟ ਸਕੂਲ ਨੇ ਚਾਹੇ ਸਰਕਾਰੀ ਸਕੂਲ ਨੇਗੀਆਂ, ਤਨਖਾਹਾਂ ਬਹੁਤ ਘੱਟ ਨੇਗੀਆਂ, ਉਹਨਾਂ ਨੂੰ ਆਪਣੇ ਪਰਿਵਾਰ ਚਲਾਉਣੇ ਬਹੁਤ ਮੁਸ਼ਕਲ ਹੋਏ ਪਏ ਨੇਗੇ। ਇਹੀ ਕਾਰਨ ਹੈ ਕਿ ਉਹ ਕਿਤੇ ਨਾ ਕਿਤੇ ਪ੍ਰੈਸ਼ਰ ਦੇ ਵਿੱਚ ਗਲਤ ਕੰਮ ਕਰ ਲੈਂਦੇ ਨੇ। ਸੋ ਮੈਂ ਸਮਝਦਾ ਗਾ ਟੀਚਰ ਦਾ ਮਾਹੌਲ ਠੀਕ ਕਰਨ ਲਈ ਪੰਜਾਬ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ। ਅਮਨ ਕਾਨੂੰਨ ਦੀ ਸਥਿਤੀ ਕਿਵੇਂ ਦੀ ਵੇਖਦੇ ਹੋ? ਅਮਨ ਕਾਨੂੰਨ ਦੀ ਸਥਿਤੀ ਕਿਵੇਂ ਵੇਖਦੇ ਹੋ ਤੁਸੀਂ? ਜਿਹੜੇ ਨਿਤ ਵਾਰਦਾਤਾਂ ਹੋ ਰਹੀਆਂ, ਹਾਲਾਤ ਕਿਵੇਂ ਦਾ? ਦੇਖੋ ਲਾਅ ਐਂਡ ਆਰਡਰ ਦੀ ਪੋਜੀਸ਼ਨ, ਅਮਨ ਕਾਨੂੰਨ ਦੀ ਸਥਿਤੀ ਪੰਜਾਬ 'ਚ ਬਹੁਤ ਮਾੜੀ ਬਣੀ ਹੋਈ ਆ। ਥਾਂ ਥਾਂ 'ਤੇ ਮਰਡਰ ਹੋ ਰਹੇ ਨੇਗੇ। ਪੰਜਾਬ ਸਰਕਾਰ ਦੇ ਵਿੱਚ ਮੈਂ ਗ੍ਰਹਿ ਮੰਤਰੀ ਜੀ, ਪੰਜਾਬ ਸਰਕਾਰ ਦੇ ਕੈਪਟਨ ਸਾਹਿਬ ਨੇਗੇ, ਕੋਈ ਪੰਜਾਬ ਵੱਲ ਕੋਈ ਧਿਆਨ ਨਹੀਂ ਹੈਗਾ, ਕੋਈ ਪੰਜਾਬ ਪੁਲਿਸ ਵੱਲ ਧਿਆਨ ਨਹੀਂ ਹੈਗੀ ਆ। ਪੰਜਾਬ ਪੁਲਿਸ ਦੀ ਜਿਹੜੀ ਆ ਜਿਹੜੀ ਬਾਗਡੋਰ ਆ, ਬਿਲਕੁਲ ਢਿੱਲੀ ਹੋਈ ਪਈ ਆ ਕਿ ਥਾਂ ਥਾਂ ਦੇ ਉੱਤੇ ਤੁਸੀਂ ਦੇਖੋ ਸੰਗਰੂਰ ਦੇ ਵਿੱਚ ਮਰਡਰ ਹੋ ਗਿਆ, ਤੁਹਾਡੇ ਇਲਾਕੇ 'ਚ ਮਰਡਰ ਹੋ ਗਿਆ, ਲਗਾਤਾਰ ਮਰਡਰ ਜਾਰੀ ਨੇਗੇ। ਸੋ ਇਹਦੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੀ, ਮੈਂ ਸਮਝਦਾ ਕੈਪਟਨ ਸਾਹਿਬ ਨੂੰ ਬਤੌਰ
ਕੈਪਟਨ ਸਾਹਿਬ ਨੂੰ ਬਤੌਰ ਹੋਮ ਮਿਨਿਸਟਰ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਪੰਜਾਬ ਦੇ ਮਸਲਿਆਂ ਲਈ ਟਾਈਮ ਹੈ ਨਹੀਂ। ਉਹ ਪੰਜਾਬ ਦੇ ਸੀਐਮ ਬਣੇ ਰਹਿਣ, ਪਰ ਲੇਕਿਨ ਜੇ ਮੈਂ ਸਮਝਦਾ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਦੇਣ, ਕਿਉਂਕਿ ਹੋਮ ਮਿਨਿਸਟਰ ਕਿਸੇ ਹੋਰ MLA ਨੂੰ ਬਣਾ ਦੇਣ ਜਿਹਦੇ ਕੋਲ ਟਾਈਮ ਹੋਵੇ ਪੰਜਾਬ ਦੇ ਮਸਲਿਆਂ ਦੇਖਣ ਦਾ, ਕਿਉਂਕਿ ਬਹੁਤ ਹੀ ਮਾੜੀ ਪੋਜੀਸ਼ਨ ਪੰਜਾਬ 'ਚ ਬਣੀ। ਮੰਨਦੇ ਹੋ ਸਰਕਾਰ ਫੇਲ ਆ? ਬਿਲਕੁਲ 100% ਸਰਕਾਰ ਫੇਲ ਆ। ਸਰਕਾਰ ਦਾ ਕੋਈ ਵੀ ਔਰਗਨ, ਸਰਕਾਰ ਦੀ ਕੋਈ ਵੀ ਜਿਹੜੀ ਆ ਪਾਵਰ ਕੰਮ ਨਹੀਂ ਪੰਜਾਬ 'ਚ ਕਰ ਰਹੀ, ਬਲਕਿ ਇੱਥੇ ਤਾਂ ਮੈਂ ਸਮਝਦਾ ਗੁੰਡਾਗਰਦੀ ਸਰੇਆਮ ਨੱਚ ਰਹੀ ਹੈ, ਔਰ ਲਗਾਤਾਰ ਪੰਜਾਬ ਵਿਰੋਧੀ ਅੰਸਰ, ਸਮਾਜ ਵਿਰੋਧੀ ਜਿਹੜੇ ਅੰਸਰ ਨੇ ਉਹ ਸਿਰ ਚੁੱਕੇ ਹੋਏ, ਉਹਨਾਂ ਨੂੰ ਕਿਸੇ ਦਾ ਡਰ ਖੌਫ। ਕਿਸਾਨਾਂ ਦਾ ਪੂਰੇ ਸੂਬੇ ਸਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਆ, ਅੱਜ ਰੇਲ ਮਾਰਗ ਜਿਹੜਾ ਜਾਮ ਕੀਤਾ ਗਿਆ ਫਿਰੋਜ਼ਪੁਰ ਦਾ, ਪੁਲਿਸ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਅੜੇ ਹੋਏ ਆ ਵੀ ਸਾਡੀਆਂ ਮੰਗਾਂ ਮੰਗੀਆਂ ਤਾਂ ਅਸੀਂ ਹਟਾਂਗੇ। ਦੇਖੋ, ਕਿਸਾਨਾਂ ਨਾਲ ਬਹੁਤ ਵੱਡਾ ਵਾਅਦਾ ਕੈਪਟਨ ਸਾਹਿਬ ਨੇ ਕੀਤਾ, ਸਾਰੀ ਪ੍ਰੈਸ ਨੂੰ ਪਤਾ, ਪੂਰੇ ਪੰਜਾਬ ਨੂੰ ਪਤਾ, ਕਿਹਾ ਸੀ ਕਿ ਮੁਕੰਮਲ ਕਰਜ਼ਾ ਮਾਫ਼ ਹੋਊਗਾ, ਚਾਹੇ ਉਹ ਪ੍ਰਾਈਵੇਟ ਬੈਂਕਾਂ ਦਾ, ਚਾਹੇ ਆੜ੍ਹਤੀਆਂ ਦਾ ਹੈਗਾ, ਜਿਹੜਾ ਵੀ ਕਰਜ਼ਾ ਹੈਗਾ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਸਾਰਾ ਮੇਰੇ ਸਿਰ 'ਤੇ, ਮੈਂ ਮਾਫ਼ ਕਰੂੰਗਾ। ਹੁਣ 3000 ਕਰੋੜ ਰੁਪਏ ਮਾਫ਼ ਕਰਕੇ ਕਹਿੰਦਾ ਸਾਰਾ ਕਰਜ਼ਾ ਮਾਫ਼ ਕਰਤਾ, ਸੋ ਇਹ ਜ਼ਿੰਮੇਵਾਰੀ ਕੈਪਟਨ ਸਾਹਿਬ ਦੀ ਆ। ਸੋ ਮੈਂ ਸਮਝਦਾ ਕੈਪਟਨ ਸਾਹਿਬ ਵੀ ਬਤੌਰ, ਇੱਕ ਹੋਰ ਲੰਬੀ ਗੱਲ ਆ ਕਿ ਕੈਪਟਨ ਸਾਹਿਬ ਵੀ ਜਿਹੜੇ ਹੈਗੇ ਨੇ ਐਗਰੀਕਲਚਰ ਮਿਨਿਸਟਰ ਨੇ ਪੰਜਾਬ ਦੇ, ਬਤੌਰ ਐਗਰੀਕਲਚਰ ਵੀ ਮਿਨਿਸਟਰ ਫੇਲ ਨੇ, ਬਤੌਰ ਹੋਮ ਮਿਨਿਸਟਰ ਫੇਲ ਨੇ, ਜਿਹੜਾ ਵੀ ਇਹਨਾਂ ਕੋਲ ਚਾਰਜ ਆ ਕੈਪਟਨ ਸਾਹਿਬ ਕੋਲ, ਜਿਹੜੇ ਮਹਿਕਮੇ ਦਾ ਚਾਰਜ ਆ ਕੈਪਟਨ ਸਾਹਿਬ ਦਾ, ਹਰੇਕ ਮਹਿਕਮਾ ਫੇਲ ਹੋਇਆ ਪਿਆ। ਜਿਹੜੇ ਪੰਜਾਬ ਦੀ ਡੁੱਬ ਰਹੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਨੇ, ਤਬਾਹ ਹੋ ਰਹੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਨੇਗੇ, ਜਿਹੜੇ ਬੰਦੇ ਸਾਡੇ ਇੰਡਸਟਰੀ ਨੂੰ ਬਚਾਉਣਾ ਚਾਹੁੰਦੇ ਨੇਗੇ, ਵਪਾਰੀਆਂ ਨੂੰ ਬਚਾਉਣਾ ਚਾਹੁੰਦੇ ਨੇਗੇ, ਮੁਲਾਜ਼ਮਾਂ ਨੂੰ, ਜਿਹੜਾ ਵੀ ਵਿਅਕਤੀ ਪੰਜਾਬ ਨੂੰ ਬਚਾਉਣਾ ਚਾਹੁੰਦਾ ਗਾ, ਹਰ ਇੱਕ ਵਿਅਕਤੀ ਦਾ ਵੈਲਕਮ ਆ ਅਸੀਂ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ, ਕਿਉਂਕਿ ਇਹ ਲੋਕ ਨੇ, ਅਕਾਲੀ ਦਲ ਬਾਦਲ ਆ ਜਾਂ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਆ, ਇਹ ਪੰਜਾਬ ਨੂੰ ਬਰਬਾਦ ਕਰ ਰਹੇ ਨੇ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਰਹੇ ਨੇ, ਪੰਜਾਬ ਦੇ ਹਰ ਇੱਕ ਵਰਗ ਨੂੰ ਤਬਾਹ ਕਰ ਰਹੇ ਨੇ, ਅਸੀਂ ਸਿਰਫ ਜਿਹੜੇ ਵੀ ਬਚਾਉਣ ਵਾਲੇ ਨੇ ਉਹਨਾਂ ਸਭ ਨੂੰ ਅਸੀਂ ਵੈਲਕਮ ਕਰ ਰਹੇ ਹਾਂ। ਉਹਨਾਂ ਦੀ ਕਮੋਸ਼ੀ ਨੂੰ ਕੀ ਵੇਖਦੇ ਹੋ, ਕਮੋਸ਼ੀ ਜਿਹੜੀ ਉਹਨਾਂ ਦੀ ਲੈ ਕੇ ਤੁਹਾਡੀ ਆਪ ਵੱਲੋਂ ਕੀ? ਦੇਖੋ, ਜੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦਾ ਵੈਲਕਮ ਹੋਊਗਾ, ਪਰ ਲੇਕਿਨ ਮੈਂ ਸਮਝਦਾ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰ। ਦੇਖੋ, ਸ਼ਵੇਤ ਮਲਿਕ ਹੋਇਆ ਜਾਂ ਕੈਪਟਨ ਸਾਹਿਬ ਹੋਏ, ਮੈਂ ਸਮਝਦਾਗਾ ਇਹਨਾਂ ਨੂੰ ਆਪਣਾ ਰਾਜ ਵੀ ਯਾਦ ਕਰਨਾ ਚਾਹੀਦਾ। ਇਹਨਾਂ ਦੇ ਸਮੇਂ ਦਾ ਭੀਮ ਟੋਂਕ ਕਾਂਡ ਹੋਇਆ ਸੀ, ਇਹਨਾਂ ਸਮੇਂ ਦੇ ਦੌਰਾਨ ਬੱਸਾਂ 'ਚੋਂ ਬੱਚਿਆਂ ਨੂੰ ਕਿਵੇਂ ਮਾਰਿਆ ਜਾ ਰਿਹਾ ਸੀ, ਤੁਹਾਨੂੰ ਸਭ ਨੂੰ ਪਤਾ ਵੀ ਧੱਕੇ ਦੇ ਦੇ ਕੱਟ ਗਿਆ। ਸੋ ਇਹ ਤਾਂ ਬੋਲਣ ਦਾ ਕੋਈ ਹੱਕ ਹੀ ਰੱਖਦੇ, ਤਾਂ ਆਪ ਖੁਦ ਗੁਨਾਹਗਾਰ ਨੇਗੇ। ਸੋ ਇਹ ਜਿਹੜੀ ਗੱਲ ਆ ਦਲਵੀਰ ਵਾਲੀ, ਮੈਂ ਸਮਝਦਾ ਪੰਜਾਬ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ, ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਔਰ ਪਰਿਵਾਰ ਦੇ ਜਿਹੜਾ ਮੈਂਬਰਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਅੰਤ ਵਿੱਚ ਚੀਮਾ ਸਾਹਿਬ ਨੇ ਵੱਖ ਵੱਖ ਦੁਕਾਨਦਾਰ ਅਤੇ ਮੁਲਾਜ਼ਮਾਂ ਅਤੇ ਹੋਰ ਕਈ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ, ਅਤੇ ਉਹਨਾਂ ਕਿਹਾ ਕਿ ਜੇਕਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਵਾਂਗ ਸਾਰੀਆਂ ਸਹੂਲਤਾਂ ਪੰਜਾਬ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਸਿੰਘਾ, ਮੁੱਖ ਬੁਲਾਰਾ ਆਮ ਆਦਮੀ ਪਾਰਟੀ, ਨਸੀਬ ਬਾਵਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਵੀ ਸੰਬੋਧਨ ਕੀਤਾ। ਨਿਊਜ਼ ਪੰਜਾਬ ਦੀ ਬਿਊਰੋ ਦੇ ਨਾਲ ਮੋਗਾ ਤੋਂ ਸਰਬਜੀਤ ਸਿੰਘ ਰੌਲੀ ਦੀ ਖਾਸ ਰਿਪੋਰਟ। ਸਬਸਕ੍ਰਾਈਬ ਕਰੋ ਨਿਊਜ਼ ਪੰਜਾਬ ਦੀ, ਤਾਂ ਕਿ ਪਲ ਪਲ ਦੀ ਖਬਰ ਤੁਹਾਨੂੰ ਮਿਲਦੀ ਰਹੇ। ਸਤਿ ਸ਼੍ਰੀ ਅਕਾਲ।